ਅੰਦਰ ਤੇ ਬਹੁਤ ਸੋਹਣੀ ਐ ਸੋਹਣੀਆਂ ਫੋਟੋਆਂ ਬਣੀਆਂ ਹੋਈਆਂ ਹਨ ਭਗਵਾਨ ਦਾਸ ਘੇਰੜ ਉਹਦਾ ਇੱਥੇ ਘਰ ਦੱਸਿਆ ਜਾਂਦਾ ਹੀ ਦਰਿਆ ਹੈ ਬਿਆਸ ਬਿਲਕੁਲ ਲਾਗੇ ਬਿਆਸ ਦਰਿਆ ਪਿੱਛੋਂ ਹੁੰਦਾ ਤੇ ਇਹਦੇ ਲਾਗੋ ਫਿਰ ਮੋੜ ਕੱਟਦਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਇੱਥੇ ਹੀ ਆਣ ਕੇ ਸੱਜੇ ਸਨ ਮਸਜਿਦ ਜਿਸ ਨੂੰ ਕਹਿੰਦੇ ਹਨ ਗੁਰੂ ਕੀ ਮਸਜਿਦ ਸੋ ਇਹ ਬੜਾ ਇਤਿਹਾਸਕ ਖੂਹ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਯਾਤਰਾ ਚੱਲ ਰਹੀ ਹੈ ਇਹ ਦਰਵਾਜ਼ਾ ਕਦੇ ਇੱਥੋਂ ਬੜੇ ਬੜੇ ਵੱਡੇ ਸਿੱਖ ਸਰਦਾਰ ਲੰਘ ਕੇ ਜਾਂਦੇ ਰਹੇ ਹੋਣੇ ਆ ਸਰਦਾਰ ਜੱਸਾ ਸਿੰਘ ਰਾਮਗੜੀਆ ਵੈਸੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਵੀ ਇੱਥੇ ਆਏ ਸੀ ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਬਾਅਦ ਵਿੱਚ ਮਾਫੀ ਮੰਗੀ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਇਹ ਸਿੱਖਾਂ ਦਾ ਸਰਦਾਰਾਂ ਦਾ ਆਪਸ ਦੇ ਵਿੱਚ ਪਿਆਰ ਸੀਗਾ ਤੇ ਬੜੇ ਸਤਕਾਰ ਨਾਲ ਉਹਨਾਂ ਨੂੰ ਵਾਪਸ ਉਹਨਾਂ ਦੀ ਰਿਆਸਤ ਜਿਹੜੀ ਕਪੂਰਥਲਾ ਜਲਾਲਾਬਾਦ ਉਧਰ ਸੀ ਛੱਡ ਕੇ ਆਏ ਆਪਾਂ ਖੜੇ ਆ ਜੀ ਸ੍ਰੀ ਹਰ ਗੁਬਿੰਦਪੁਰ ਵਿੱਚ ਆਓ ਫਤਿਹ ਬੁਲਾਈਏ ਅੱਗੇ ਵੀਡੀਓ ਦੀ ਸਾਂਝ ਕਰਦੇ ਆ ਬਹੁਤ ਸਾਰਾ ਇਤਿਹਾਸ ਹੋਰ ਹੈ ਇਤਿਹਾਸਕ ਸ਼ਹਿਰ ਹੈ ਪੁਰਾਤਨ ਸ਼ਹਿਰ ਹੈ ਅੱਗੇ ਦਰਸ਼ਨ ਕਰਦੇ ਆ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਲਾਹੌਰੀ ਦਰਵਾਜ਼ਾ ਗੁਰਦਰਾ ਮੰਜੀ ਸਾਹਿਬ ਗੁਰੂ ਕੀ ਹਵੇਲੀ ਸਰਦਾਰ ਜੱਸਾ ਸਿੰਘ ਰਾਮਗੜੀ ਆ ਹੁਣਾਂ ਦਾ ਜਿੱਥੇ ਮਹੱਲ ਹੁੰਦਾ ਸੀ ਉਹ ਦਰਸ਼ਨ ਕੀਤੇ ਸੀ ਆ ਗਲੀ ਉਹੀ ਹੈ ਜੀ ਸੋ ਇਹ ਦਰਵਾਜ਼ਾ ਸੀ ਹੁਣ ਆ ਪਿੱਛੇ ਮੇਨ ਬਾਜ਼ਾਰ ਹੈ ਜਿਸ ਚੋਂ ਆਪਾਂ ਲੰਘਣ ਲੱਗੇ ਆ ਅਗਲੀ ਗਲੀ ਵਿੱਚ ਹੁਣ ਆਪਾਂ ਜਾਵਾਂਗੇ ਜਿਸ 'ਚ ਗੁਰਦੁਆਰਾ ਸਤ ਕਰਤਾਰੀਆਂ ਹੈ ਇਸੇ ਗਲੀ 'ਚ ਆਪਾਂ ਰੋਜ਼ ਸਕੂਲ ਜਾਂਦੇ ਸੀ ਸਾਹਮਣੇ ਮੰਦਰ ਹੈ ਉਧਰ ਬਾਅਦ 'ਚ ਜਾਵਾਂਗੇ ਆਹ ਦੇਖੋ ਜੀ ਗੁਰਦੁਆਰਾ ਸਤ ਕਰਤਾਰੀਆਂ ਤੇ ਥੱਲੇ ਲਿਖਿਆ ਗਲੀ ਜੁਲਕਿਆਂ ਵਾਰਡ ਨੰਬਰ 4 ਸੋ ਇਹ ਗਲੀ ਹੈ ਜੀ ਸਤ ਕਰਤਾਰੀਆਂ ਇਹ ਪਰਿਵਾਰ ਸਿੱਖੀ ਨਾਲ ਜੁੜੇ ਸਿਗੇ ਸਤ ਕਰਤਾਰੀ ਇਹਨਾਂ ਦਾ ਨਾਂ ਕਿਉਂ ਪਿਆ ਉਹ ਵੀ ਗੱਲ ਕਰਦੇ ਆਂ ਪਰ ਆਪਾਂ ਅੰਦਰ ਚੱਲੇ ਆਂ ਇੱਥੇ ਸੰਜੋਗ ਹੈ ਇੱਕ ਜੇ ਦੇ ਸਿਰਫ ਵਿਸਾਖੀ ਵਾਲੇ ਦਿਨ ਦਰਸ਼ਨ ਕਰਾਉਂਦੇ ਅਸੀਂ ਕੋਸ਼ਿਸ਼ ਕਰਾਂਗੇ ਹੋ ਜਾਣ ਨਹੀਂ ਹੋਏ ਤੇ ਫਿਰ ਜਿੱਦਾਂ ਗੁਰੂ ਸਾਹਿਬ ਨੂੰ ਭਾਵੇ ਅੱਗੇ ਆਪਾਂ ਦਰਸ਼ਨ ਕਰਨ ਚੱਲੇ ਹਾਂ ਗੁਰਦੁਆਰਾ ਸਤਕਰਤਾਰੀਆਂ ਵੈਸੇ ਸਤਕਰਤਾਰੀਆਂ ਇੱਕ ਗੁਰਦੁਆਰਾ ਸਾਹਿਬ ਬਟਾਲੇ ਵਿੱਚ ਵੀ ਹੈ ਜਦੋਂ ਆਪਾਂ ਨੂੰ ਮਹਾਰਾਜ ਉੱਥੇ ਲੈ ਕੇ ਜਾਣਗੇ ਦਰਸ਼ਨ ਕਰਾਂਗੇ ਇਹ ਸਤਕਰਤਾਰੀਏ ਜਿਹੜੇ ਹਨ ਨਾ ਇਹ ਅਸਲ ਦੇ ਵਿੱਚ ਝੁਲਕਾ ਬਰਾਦਰੀ ਹੈ ਸੰਗਤ ਜੀ ਇਹਨਾਂ ਦੇ ਇੱਕ ਵੱਡੇ ਵਡੇਰੇ ਬਾਬਾ ਸੰਗਤਦਾਸ ਜੀ ਆਏ ਸਨ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਵਸਾਇਆ ਔਰ ਇੱਥੇ ਬੈਠ ਕੇ ਉਹ ਹਰ ਵੇਲੇ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਦਾ ਜਾਪ ਕਰਦੇ ਸੀ ਉਤੋਂ ਹੀ ਫਿਰ ਉਹਨਾਂ ਦਾ ਨਾਮ ਮਸ਼ਹੂਰ ਹੋ ਗਿਆ ਸਤ ਕਰਤਾਰੀਏ ਇਹ ਜਦੋਂ ਚਿੱਠੀ ਪੱਤਰ ਲਿਖਦੇ ਸਨ ਉਹ ਵੀ ਸ਼ੁਰੂ ਹਮੇਸ਼ਾ ਸਤ ਕਰਤਾਰ ਲਿਖ ਕੇ ਕਰਦੇ ਸਨ ਇਹ ਇਹਨਾਂ ਦਾ ਇਮਾਨਮਤਾ ਇਤਿਹਾਸ ਹੈ ਉਹ ਸੰਗਤਦਾਸ ਜੀ ਤਕਰੀਬਨ 130 ਸਾਲ ਦੀ ਉਮਰ ਭੋਗ ਕੇ ਸਮਾਏ ਉਹਨਾਂ ਦਾ ਇਹ ਇਤਿਹਾਸ ਪਾਸ਼ਾ ਵਿਭਾਗ ਦਾ ਜਿਹੜਾ ਸਰਵੇ ਸ਼੍ਰੀ ਹਰਗੋਬਿੰਦਪੁਰ ਦਾ ਕੀਤਾ ਉਹਦੇ ਵਿੱਚ ਲਿਖਿਆ ਹੋਇਆ ਹੈ ਉਹਨਾਂ ਦੀ ਯਾਦਗਾਰ ਇੱਥੇ ਮਨਾਈ ਜਾਂਦੀ ਹੈ ਵੈਸੇ ਇਹਨਾਂ ਦਾ ਹੋਰ ਇੱਕ ਮੰਡੀ ਹਿਮਾਚਲ ਪ੍ਰਦੇਸ਼ ਇੱਕ ਫਗਵਾੜੇ ਵਿੱਚ ਵੀ ਸਥਾਨ ਹੈ ਪਰ ਮੇਨ ਸਥਾਨ ਜਿਹੜਾ ਸਾਰਿਆਂ ਤੋਂ ਵੱਡਾ ਸਤ ਕਰਤਾਰੀਆਂ ਦਾ ਹੈ ਉਹ ਸ਼੍ਰੀ ਹਰਗੋਬਿੰਦਪੁਰ ਚ ਹੀ ਮੰਨਿਆ ਜਾਂਦਾ ਹੈ ਆਓ ਆਪਾਂ ਦਰਸ਼ਨ ਕਰਨ ਚੱਲਦੇ ਆਂ ਸੋ ਆ ਵੀ ਇੱਕ ਪ੍ਰਾਤਨ ਹੈ ਬਿਲਡਿੰਗ ਉਸ ਤੋਂ ਅੱਗੇ ਆਪਾਂ ਆਏ ਆਂ ਆ ਕੈਂਚੀ ਗੇਟ ਜਿਹੜਾ ਇਹਨੂੰ ਲੋਕ ਲੱਗਾ ਹੋਇਆ ਹੈ। ਵੈਸੇ ਉਹਦੇ ਅੰਦਰ ਜਿਹੜਾ ਲੱਕੜ ਦਾ ਦਰਵਾਜ਼ਾ ਉਹ ਤੇ ਖੁੱਲਾ ਹੈ। ਜੇ ਆਪਾਂ ਅੰਦਰ ਵੇਖੀਏ ਜ਼ੂਮ ਕਰਕੇ ਲਿਖਿਆ ਸਤ ਕਰਤਾਰੀਆਂ ਧਰਮਸ਼ਾਲਾ ਸ੍ਰੀ ਹਰਗੋਬਿੰਦਪੁਰ। ਉਹ ਛੱਤ ਦੇ ਕੋਲ ਵੀ ਉੱਪਰ ਲਿਖਿਆ ਹੋਇਆ ਸਤ ਕਰਤਾਰ। ਸੋ ਅਜੇ ਦਰਵਾਜ਼ਾ ਬੰਦ ਕਰਕੇ ਅਸੀਂ ਦਰਸ਼ਨ ਨਹੀਂ ਕਰ पाए ਅੱਗੇ ਚੱਲਦੇ ਆਂ ਫੇਰ ਵਾਪਸ ਆਵਾਂਗੇ ਮਹਾਰਾਜ ਕਿਰਪਾ ਕਰੇ। ਉਹ ਮਾਤਾ ਜੀ ਨੂੰ ਜਦੋਂ ਪੁੱਛਿਆ ਨਾ ਤੇ ਮਾਤਾ ਜੀ ਗੱਲ ਕਰਕੇ ਜਿਵੇਂ ਆਪਾਂ ਖੀਰ ਚ ਬੁਲਾਉਂਦੇ ਨਹੀਂ ਸਤਿ ਸ੍ਰੀ ਅਕਾਲ। ਮਾਤਾ ਜੀ ਕਹਿੰਦੇ ਸਤ ਕਰਤਾਰ ਬੜਾ ਵਧੀਆ ਲੱਗਾ ਕਿ ਵੇਖੋ ਇਹ ਵੀ ਇੱਕ ਪਿਆਰਾ ਜਿਹਾ ਨਾ ਮਾਰਾ ਨੇ ਸਤ ਕਰਤਾਰੀਆਂ ਦਿੱਤਾ ਹੋਇਆ ਇਹਨਾਂ ਨੂੰ ਫੇਰ ਦਰਸ਼ਨ ਹੋ ਗਏ ਗੁਰੂ ਦੀ ਗਲੀ ਦੇ ਇੱਥੋਂ ਹੁਣ ਆਪਾਂ ਬਾਜ਼ਾਰ 'ਚ ਮੁੜਨ ਲੱਗੇ ਆਂ ਬਾਜ਼ਾਰ ਦੇ ਅਖੀਰ ਵਿੱਚ ਇੱਕ ਪੀਪਲ ਦਾ ਵੱਡਾ ਸਾਰਾ ਰੋਖਾ ਹੈ ਉਹਦੇ ਥੱਲੇ ਮੰਦਰ ਹੈ ਬੜਾ ਚੰਬਤ ਕਰ ਦਿੰਦਾ ਹੈ ਮੰਦਰ ਗਲੀ ਦੇ ਵਿੱਚ ਖੱਬੇ ਹੱਥ ਨੂੰ ਸਾਡਾ ਸਕੂਲ ਹੈ ਪਰ ਅਸੀਂ ਸੱਜੇ ਜਾਣਾ ਆਂ ਓਹ ਸਾਹਮਣੇ ਗੁੰਬਦ ਦਿਖਦਾ ਜੀ ਸਾਹਮਣੇ ਗੁੰਬਦ ਦਿਖਦਾ ਹੈ ਜੀ ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਸਮਾਦ ਮੰਨੀ ਜਾਂਦੀ ਹੈ ਉਹ ਘਰਾਂ ਦੇ ਵਿੱਚ ਹੈ ਇਹਦੀ ਵੀ ਵੀਡੀਓ ਪਹਿਲਾਂ ਬਣੀ ਹੋਈ ਹੈ ਇਸ ਕਰਕੇ ਅਸੀਂ ਹੁਣ ਉਧਰ ਨਹੀਂ ਜਾਵਾਂਗੇ ਹੁਣ ਆਪਾਂ ਚੱਲੇ ਗੁਰੂ ਕੀ ਮਸੀਤ ਦੇ ਦਰਸ਼ਨ ਵੇਲੇ ਕਰਨਾ ਮਾਹੀਆਂ ਰਾਬਰ ਜਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਕੀ ਮਸੀਤ ਗੇਟ ਲੱਗਾ ਹੈ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਹੇ ਹੈ ਜੀ ਆਪਾਂ ਆ ਗਏ ਜੀ ਗੁਰੂ ਕੀ ਮਸੀਤ ਇਹ ਜੁਨੇਸਕੋ ਰਜਿਸਟਰਡ ਹੈ ਜੀ ਇਹ ਥਾਂ ਤੇ ਜੁਨੇਸਕੋ ਨੇ ਹੀ ਇਹਦੀ ਥੋੜਾ ਸਾਂਭ ਸੰਭਾਲ ਵੀ ਕਰਾਈ ਸੀ ਸੋ ਉਧਰੋਂ ਗੇਟ ਚੋਂ ਆਪਾਂ ਆਏ ਸੀਗੇ ਇੱਧਰ ਵੇਖੋ ਆ ਵੀ ਪੁਰਾਣੀ ਕੰਧ ਹੈ ਇੱਕ ਉਹੋ ਛੋਟੀਆਂ ਇਟਾਂ ਇਹ ਤੇ ਸ਼੍ਰੀ ਹਰਗੋਬਿੰਦਪੁਰ ਚ ਜਦੋਂ ਤੋਂ ਸਾਨੂੰ ਹੋਸ਼ ਸੰਭਾਲੀ ਹੈ ਅੱਜ ਤੱਕ ਘਰਾਂ ਦੇ ਵਿੱਚੋਂ ਇਹੀ ਪ੍ਰਾਣੀਆਂ ਇਟਾਂ ਦੀ ਰੋੜੀ ਕੁੱਟ-ਕੁੱਟ ਕੇ ਨਾਨਕਸ਼ਹੀ ਇਹ ਸਾਰੇ ਇਲਾਕੇ ਦੇ ਘਰਾਂ ਦੇ ਥੱਲੇ ਨੀਆਂ ਚ ਪੈਂਦੀ ਹੈ ਜਿਹੜੀ ਕਿ ਸਾਨੂੰ ਸਮਝ ਨਹੀਂ ਹੈ ਅੱਜ ਦੁੱਖ ਲੱਗਦਾ ਹੈ ਕਿ ਸਾਡੀਆਂ ਪ੍ਰਾਤਨ ਜਿਹੜੀਆਂ ਅਸੀਂ ਇਹਨਾਂ ਨੂੰ ਸੰਭਾਲ ਨਹੀਂ ਪਾ ਰਹੇ ਇਹ ਸਾਹਮਣੇ ਨਿਸ਼ਾਨ ਸਾਹਿਬ ਜੀ ਹਨ ਜੀ ਤੇ ਨੀਲੇ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ ਅੱਜ ਇਹ ਨਿਹੰਗ ਸਿੰਘ ਇੱਥੇ ਸੇਵਾ ਕਰਦੇ ਹਨ ਪ੍ਰਸੰਗਤ ਜੀ ਅਸਲ ਵਿੱਚ ਇਹ ਗੁਰਦੁਆਰਾ ਸਾਹਿਬ ਨਹੀਂ ਬਣਾਇਆ ਗਿਆ ਸੀ ਇਸ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਕੀ ਮਸੀਤ ਬਣਾਇਆ ਸੀ ਦੱਸਿਆ ਸੀ ਇਤਿਹਾਸ ਦਮਦਮਾ ਸਾਹਿਬ ਵਾਲੀ ਵੀਡੀਓ ਦੇ ਵਿੱਚ ਭਗਵਾਨ ਦਾਸ ਘੇਰੜ ਉਹਦਾ ਇੱਥੇ ਘਰ ਦੱਸਿਆ ਜਾਂਦਾ ਸੀ ਉਹਦੇ ਘਰ ਵਾਲੇ ਥਾਂ ਗੁਰੂ ਸਾਹਿਬ ਜੀ ਨੇ ਮੁਸਲਮਾਨ ਵੀਰਾਂ ਵਾਸਤੇ ਮਸੀਤ ਬਣਾਈ ਸੀ ਤੇ ਆ ਦੇਖੋ ਹੁਣ ਇਹ ਐਂਟ੍ਰੈਂਸ ਹੈ ਜੀ ਮਸੀਤ ਦੀ ਅੱਜ ਵੀ ਸੋਹਣੀ ਐਂਟ੍ਰੈਂਸ ਹੈ ਆਲੇ ਦੁਆਲੇ ਦੀਵੇ ਰੱਖਣ ਵਾਲੇ ਥਾਂ ਜਿਹੜੇ ਹੁੰਦੇ ਸੀ ਬਣੇ ਆ ਆਰਕਾਂ ਬਣੀਆਂ ਹੋਈਆਂ ਸੋਹਣੀਆਂ ਤੇ ਇਹ ਕਿਸੇ ਟਾਈਮ ਦੇ ਉੱਤੇ ਸੋਹਣੀਆਂ ਰੰਗ-ਬਰੰਗੀਆਂ ਪੇਂਟਿੰਗਾਂ ਇਹਦੇ ਉੱਤੇ ਫੁੱਲ ਵੀ ਸੀਗੇ ਤੇ ਹੁਣ ਆਪਾਂ ਅੰਦਰ ਚੱਲਦੇ ਆ ਜਿਵੇਂ ਮੈਂ ਦਾਸ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਜੁਨੇਸਕੋ ਨੇ ਵੀ ਇੱਥੇ ਕਾफी ਸੇਵਾ ਕੀਤੀ ਹੈ ਛੋਟੀ ਜਿਹੀ ਬਗੀਚੀ ਹੈ ਇੱਟਾਂ ਲੱਗੀਆਂ ਹੋਈਆਂ ਹਨ ਇੱਥੇ ਖੂਹ ਹੈ ਤੁਹਾਨੂੰ ਦੱਸਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਾ ਨੇ 42 ਖੂਹ ਲਵਾਏ ਸੀਗੇ 40-42 ਖੂਹ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਲੱਗੇ ਬਹੁਤ ਸਾਰੇ ਘਰਾਂ ਦੇ ਵਿੱਚ ਆ ਗਏ ਹੁਣ ਬਹੁਤ ਸਾਰੇ ਪੂਰ ਦਿੱਤੇ ਗਏ ਆ ਪਰ ਆਹ ਉਹ ਖੂਹ ਹੈ ਜੀ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਕਦੇ ਇੱਥੇ ਰਹਿਣ ਵਾਲੇ ਮੁਸਲਮਾਨ ਵੀਰ ਜਿਹੜੇ ਹਨ ਉਹ ਜਲ ਛੱਕਦੇ ਹੋਣਗੇ ਆ ਵੇੜਾ ਹੈ ਜੀ ਮਸੀਤ ਦਾ ਅੱਜ ਲਾਗੇ ਰਹਾਇਸ਼ ਬਣੀ ਹੋਈ ਹੈ ਇਹ ਭਾਈ ਸਾਹਿਬ ਜੀ ਹਨ ਜੀ ਨਿਹੰਗ ਸਿੰਘ ਜੀ ਜਿਹੜੇ ਇੱਥੇ ਸੇਵਾ ਕਰਦੇ ਹਨ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਤਾਂ ਠੀਕ ਠਾਕ ਜੇ ਚਲੋ ਸ਼ੁਕਰ ਹੈ ਮਹਾਰਾਜ ਜੀ ਦਾ ਤੇ ਇਹ ਸੰਗਤ ਜੀ ਇੱਧਰ ਹੈ ਮਸੀਤ ਜਿਸ ਨੂੰ ਕਹਿੰਦੇ ਹਨ ਗੁਰੂ ਕੀ ਮਸੀਤ ਮਸੀਤਾਂ ਤਾਂ ਦੁਨੀਆ ਵਿੱਚ ਬਹੁਤ ਹਨ ਪਰਮੇਸ਼ਰ ਦੀਆਂ ਇਬਾਦਤਗਾਹਾਂ ਖੁਦਾ ਦੀਆਂ ਬਾਦ ਇਬਾਦਤਗਾਹਾਂ ਬਹੁਤ ਸਾਰੀਆਂ ਹਨ ਪਰ ਇਹ ਉਹ ਮਸੀਤ ਹੈ ਜਿਸ ਨੂੰ ਗੁਰੂ ਕੀ ਮਸੀਤ ਕਿਹਾ ਜਾਂਦਾ ਹੈ ਅੱਜ ਵੀ ਦਰਵਾਜਿਆਂ ਦੇ ਉੱਪਰ ਆ ਦੇਖੋ ਉਰਦੂ ਵਿੱਚ ਕੁਝ ਲਿਖਿਆ ਹੋਇਆ ਹੈ ਜੇ ਕੋਈ ਪੜਾ ਪੜ ਸਕਦਾ ਹੈ ਭੈਣ ਪੜ ਸਕਦੀ ਹੈ ਤਾਂ ਜਰੂਰ ਦੱਸਣੇ ਕੀ ਲਿਖਿਆ ਹੋਇਆ ਹੈ ਜੀ ਛੋਟੀ ਇੱਟ ਹੈ ਜੀ ਬਾਹਰੋਂ ਵਿੱਚੋਂ ਵਿੱਚੋਂ ਪਲੱਸਟਰ ਹੋਈ ਹੈ ਕੰਧ ਦਰਵਾਜ਼ਾ ਲੱਗਾ ਹੈ ਆਵਲ ਅਲਹਿ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਅਸਲੀ ਧਰਮ ਉਹੀ ਹੁੰਦਾ ਹੈ ਅਸਲੀ ਧਰਮੀ ਮਨੁੱਖ ਉਹੀ ਹੁੰਦਾ ਹੈ ਜਿਹੜਾ ਦੂਜੇ ਧਰਮਾਂ ਦਾ ਵੀ ਸਤਕਾਰ ਕਰੇ ਜਿਹੜਾ ਕਹਿੰਦਾ ਕਿ ਮੈਂ ਦੂਜੇ ਧਰਮ ਦਾ ਸਤਕਾਰ ਨਹੀਂ ਕਰਦਾ ਉਹ ਬੰਦਾ ਕਦੇ ਵੀ ਧਰਮੀ ਨਹੀਂ ਹੋ ਸਕਦਾ ਧਰਮੀ ਦੇ ਅੰਦਰੋਂ ਨਫ਼ਰਤ ਖਤਮ ਹੋ ਜਾਂਦੀ ਹਰ ਇੱਕ ਲਈ ਦਇਆ ਆਉਂਦੀ ਹੈ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਮੁਸਲਮਾਨ ਮੀਰਾਂ ਵਾਸਤੇ ਇਬਾਦਤਗਾਹ ਬਣਾਈ ਅੱਜ ਗੁਰੂ ਕੀ ਮਸਜਿਦ ਇਸ ਨੂੰ ਕਿਹਾ ਜਾਂਦਾ ਹੈ 1947 ਤੋਂ ਪਹਿਲਾਂ ਪਹਿਲਾਂ ਇੱਥੇ ਸੰਗਤ ਜੀ ਹਮੇਸ਼ਾ ਮੁਸਲਮਾਨ ਵੀਰ ਇਬਾਦਤ ਕਰਦੇ ਸਨ ਆ ਕੇ ਨਮਾਜ਼ ਪੜਦੇ ਸਨ ਉਹਨਾਂ ਦਾ ਹੀ ਪਹਿਰਾ ਸੀ ਉਹੋ ਹੀ ਦੇਖਪਾਲ ਸਾਰੀ ਕਰਦੇ ਸਨ ਪਰ 1947 ਚ ਜਦੋਂ ਸਾਰੇ ਮੁਸਲਮਾਨ ਵੀਰ ਇੱਥੋਂ ਛੱਡ ਕੇ ਚਲੇ ਗਏ ਬਹੁਤ ਲੰਮਾ ਸਮਾਂ ਫਿਰ ਇਹ ਬਿਲਡਿੰਗ ਵਾਰਾਨ ਪਈ ਰਹੀ ਉਸ ਤੋਂ ਬਾਅਦ ਚ ਫਿਰ ਆਣ ਕੇ ਨਿਆਂਗ ਸਿੰਘਾਂ ਨੇ ਇਸ ਸਥਾਨ ਨੂੰ ਸੰਭਾਲਿਆ ਅੱਜ ਇੱਥੇ ਗੁਰਦੁਆਰਾ ਸਾਹਿਬਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਯੂਨੈਸਕੋ ਨੇ ਰਜਿਸਟਰਡ ਹੋਣ ਕਰਕੇ ਇਸ ਥਾਂ ਦੀ ਵੀ ਸੇਵਾ ਪਾਲ ਕੀਤੀ ਗਈ ਹੈ ਆਓ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ 1933 ਵਿੱਚ ਭਾਈ ਧੰਨਾ ਸਿੰਘ ਜਦੋਂ ਇੱਥੇ ਆਏ ਸਨ ਨਾ ਉਹਨਾਂ ਨੇ ਫੋਟੋ ਖਿੱਚੀ ਫੋਟੋ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇੱਥੋਂ ਹੀ ਫੋਟੋ ਖਿੱਚੀ ਹੈ ਇੱਥੇ ਭਾਈ ਧੰਨਾ ਸਿੰਘ ਦੀ ਦਾ ਸਾਈਕਲ ਲੱਗਾ ਹੀ ਆਹੀ ਦਰਖਤ ਹੈ ਇਦਾਂ ਹੀ ਪਿੱਛੇ ਮਸਜਿਦ ਦੀ ਫੋਟੋ ਹੈ ਔਰ ਉਹਦੇ ਜਿਹੜੇ ਲੋਕ ਖੜੇ ਹਨ ਉਹ ਅਸਲ 'ਚ ਮੁਸਲਮਾਨ ਵੀਰ ਹਨ ਉਦੋਂ ਦੇ ਇੱਥੇ ਰਹਿਣ ਵਾਲੇ ਸੰਗਤ ਜੀ ਗੁਰੂ ਸਾਹਿਬ ਜੀ ਨੇ ਭਾਈ ਧੰਨਾ ਸਿੰਘ ਜੀ ਕੋ ਬਹੁਤ ਸੇਵਾ ਲਈ ਵੇਖੋ ਸਾਈਕਲ ਦੇ ਉੱਤੇ ਇੰਨੀ ਮਹਾਂ ਯਾਤਰਾ ਕੀਤੀ ਅਸੀਂ ਇੰਨੇ ਜੋਗੇ ਤੇ ਨਹੀਂ ਸਾਨੂੰ ਗੁਰੂ ਸਾਹਿਬ ਜੀ ਨੇ ਹੋਰ ਵਧੀਆ ਘੋੜੇ ਬਖਸ਼ੇ ਆ ਜਿਨ੍ਹਾਂ ਦੇ ਉੱਤੇ ਅੱਗੇ ਯਾਤਰਾਵਾਂ ਚੱਲਦੀਆਂ ਰਹਿਣ ਗੁਰੂ ਸਾਹਿਬ ਅੱਗੇ ਅਰਦਾਸ ਤੁਸੀਂ ਕਰਨੀ ਆਓ ਹੁਣ ਅੰਦਰ ਵੇਖਣ ਚੱਲਦੇ ਆਂ ਅੰਦਰੋਂ ਜਾ ਕੇ ਮਸੀਤ ਦੇ ਦਰਸ਼ਨ ਕਰਦੇ ਆਂ ਸੋ ਸ਼ੀਸ਼ੇ ਦਾ ਦਰਵਾਜ਼ਾ ਲੱਗਾ ਜਿਸ ਤੋਂ ਲੰਘ ਕੇ ਆਪਾਂ ਅੰਦਰ ਜਾਵਾਂਗੇ ਬਿਲਡਿੰਗ ਉਦਾਂ ਦੀ ਉਦਾਂ ਹੀ ਸਾਂਭੀ ਗਈ ਹੈ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰੂ ਸਾਹਿਬ ਜੀ ਦੇ ਸੋਹਣੇ ਚੰਦੂਆ ਸਾਹਿਬ ਗੋਲ ਸਰਕੂਲਰ ਚੰਦਵਾ ਸਾਹਿਬ ਸशोਭਤ ਹਨ ਸੋ ਅੰਦਰੋਂ ਬਿਲਡਿੰਗ ਕੋਈ ਬਹੁਤ ਵੱਡੀ ਨਹੀਂ ਹੈ ਜੇ ਦੇਖਿਆ ਜਾਵੇ ਤੇ ਚੌੜੀਆਂ ਚੌੜੀਆਂ ਕੰਧਾਂ ਹਨ ਆ ਦੇਖੋ ਜਿਹੜਾ ਥੰਮ ਹੈ ਇਹ ਵੀ ਤਕਰੀਬਨ 3 3.5 ਫੁੱਟ ਉੱਚਾ ਹੈ ਆ ਹੁਣ ਵਿੱਚ ਰੰਗ ਕਰ ਦਿੱਤਾ ਗਿਆ ਹੈ ਪੁਰਾਣੀ ਕੋਈ ਆਰਟਵਰਕ ਫੁੱਲ ਬਣੇ ਹੋਏ ਹਨ ਆ ਗੁੰਬਦ ਹੈ ਤੇ ਗੁੰਬਦ ਜਿੱਥੇ ਹੁਣ ਪੱਖਾ ਲੱਗ ਗਿਆ ਹੈ ਉੱਥੇ ਵੀ ਉੱਪਰ ਆਰਟਵਰਕ ਸੀ ਸਾਰਾ ਗੁੰਬਦ ਦੇ ਵਿੱਚ ਤੇ ਥੱਲੇ ਤਾਂ ਹੁਣ ਰੰਗ ਕਰ ਦਿੱਤੇ ਗਏ ਹਨ ਆ ਸ਼ਾਇਦ ਉਰਦੂ ਵਿੱਚ ਹੀ ਕੁਝ ਲਿਖਿਆ ਹੋਇਆ ਹੈ ਤੇ ਇਹ ਦਰਵਾਜ਼ੇ ਹਨ ਜੀ ਇਹਦੇ ਤੇ ਤਿੰਨ ਦਰਵਾਜ਼ੇ ਹਨ ਤੇ ਤਿੰਨ ਹੀ ਗੁੰਬਦ ਹਨ ਸੋ ਇੱਕ ਗੁੰਬਦ ਜਿੱਥੇ ਅਸੀਂ ਖੜੇ ਇੱਕ ਗੁਰੂ ਸਾਹਿਬ ਜੀ ਜਿੱਥੇ ਇਸ ਵੇਲੇ ਸੁਭਾਏਮਨ ਹਨ ਫਿਰ ਦੂਜੇ ਪਾਸੇ ਵੀ ਇੱਕ ਗੁੰਬਦ ਹੈ ਟਰੰਗ ਪਏ ਹਨ ਗੁਰੂ ਸਾਹਿਬ ਜੀ ਦਾ ਸ਼ਾਇਦ ਰਮਾਲਾ ਸਾਹਿਬ ਹੋਣਗੇ ਇਧਰ ਵੀ ਦੇਖੋ ਆ ਆਰਟਵਰਕ ਵਿੱਚੋਂ ਬਚਾਇਆ ਗਿਆ ਹੈ ਪੁਰਾਣਾ ਪਰ ਕੰਧਾਂ ਜਿਹੜੀਆਂ ਹਨ ਥੋੜਾ ਬਹੁਤ ਇਸ ਨੂੰ ਸਵਾਰਿਆ ਗਿਆ ਹੈ ਸੋ ਇਹ ਗੁਰੂ ਕੀ ਮਸੀਤ ਹੈ ਜੀ ਇਹ ਦੁਨੀਆ ਦੇ ਵਿੱਚ ਇੱਕ ਹੀ ਹੈ ਜੀ ਜਿਹੜੀ ਗੁਰੂ ਕੀ ਮਸੀਤ ਹੈ ਸਿੱਖ ਹੋਣ ਤੇ ਮਾਣ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬ ਦੇਖੋ ਦੂਜੇ ਧਰਮਾਂ ਨੂੰ ਵੀ ਕਿੰਨਾ ਪਿਆਰ ਕਰਦੇ ਸਨ ਕਹਿੰਦੇ ਸਨ ਸਿੱਖਾ ਤੂੰ ਪੱਕਾ ਸਿੱਖ ਬਣ ਜੋ ਸਨਾਤਨ ਧਰਮ ਨੂੰ ਮੰਨਣ ਵਾਲੇ ਹਨ ਤੁਸੀਂ ਪੱਕੇ ਹੋਵੋ ਆਪਣੇ ਧਰਮ ਵਿੱਚ ਤੇ ਜਿਹੜੇ ਹੋਰ ਕਿਸੇ ਧਰਮ ਨੂੰ ਜਾਂ ਮੁਸਲਮਾਨ ਵੀਰ ਹਨ ਆਪੋ ਆਪਣੇ ਧਰਮ ਵਿੱਚ ਪੱਕੇ ਰਹੋ ਧ੍ਰੜ ਕਰਕੇ ਜੀਓ ਆੜਾ ਵਿਚਲਾ ਗੁੰਬਦ ਹੈ ਇਹਦੇ ਵਿੱਚ ਵੀ ਹੁਣ ਚੰਦੋਆ ਸਾਹਿਬ ਲੱਗੇ ਪਰ ਤੁਹਾਨੂੰ ਦਿਖਾਈ ਦੇਗਾ ਉਹ ਉੱਪਰ ਆਰਟਵਰਕ ਹੈ ਜੀ ਇਹਦੇ ਵਿੱਚ ਵੀ ਤੇ ਆਲੇ-ਦੁਆਲੇ ਵੀ ਫੁੱਲ ਬਿਊਟੀਆਂ ਬਣੀਆਂ ਹੋਈਆਂ ਹਨ ਜਿਹੜੀਆਂ ਸੋਹਣੀਆਂ ਲੱਗਦੀਆਂ ਹਨ ਸ਼੍ਰੀ ਹਰਗੋਬਿੰਦਪੁਰ ਦੀ ਇਤਿਹਾਸਕ ਧਰਤੀ ਬਹੁਤ ਵੱਡਾ ਲੰਮਾ ਚੌੜਾ ਇਤਿਹਾਸਾਂ ਵੀ ਬੈਠੀ ਹੈ ਥੋੜੀ ਥੋੜੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਗੁਰੂ ਕੀ ਮਸੀਤ ਦੇ ਤੁਹਾਨੂੰ ਦਰਸ਼ਨ ਹੋ ਰਹੇ ਹਨ ਤੇ ਸੰਗਤ ਜੀ ਇਹ ਸ਼ਹਿਰ ਜਿਹੜਾ ਸੀ ਕਿਸੇ ਟਾਈਮ ਖੰਡ ਦਾ ਵਪਾਰ ਇੱਥੇ ਬਹੁਤ ਸੀ ਤੇ ਕੇਸਾਂ ਨੂੰ ਵਾਉਣ ਵਾਲੀਆਂ ਕੰਗੀਆਂ ਦਾ ਵਪਾਰ ਇੱਥੇ ਬਹੁਤ ਸੀ ਮਸ਼ਹੂਰ ਸੀ ਉਹਨਾਂ ਵਾਸਤੇ ਔਰ ਇੱਥੋਂ ਤੱਕ 1917 ਦੇ ਵਿੱਚ ਟ੍ਰੇਨ ਲਾਈਨ ਅਪਰੂਵ ਹੋ ਗਈ ਸੀ ਜਿਹੜੀ ਕਾਦੀਆਂ ਤੋਂ ਇੱਧਰ ਨੂੰ ਆ ਰਹੀ ਸੀ ਲਿਖਿਆ ਮਿਲਦਾ ਹੈ ਕਿ ਸਿਰਫ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਤੋਂ 2 ਮੀਲ ਦੂਰ ਉਹ ਰਹਿ ਗਈ ਸੀ ਟ੍ਰੇਨ ਲਾਈਨ ਜਦੋਂ ਫਿਰ ਪਿੱਛੋਂ ਕਾਰਨ ਬਣ ਜਾਂਦੇ ਹਨ ਕਿ ਕਾਦੀਆਂ ਤੋਂ ਜਿਹੜੇ امام ਸੀਗੇ ਉਹਨਾਂ ਦੇ ਕਹਿਣ ਦੇ ਉੱਤੇ ਇਹ ਟ੍ਰੇਨ ਲਾਈਨ ਪੋਟ ਦਿੱਤੀ ਗਈ ਗੋਦਾਮ ਵੇਚ ਦਿੱਤੇ ਗਏ ਜਿਹੜਾ ਰਾਹ ਸਟੇਸ਼ਨ ਦਾ ਸੀ ਸਾਰਾ ਉਹ ਸਾਰਾ ਕੁਝ ਦੁਬਾਰਾ ਤੋਂ ਨਲਾਮ ਕਰ ਦਿੱਤਾ ਗਿਆ ਸੋ ਜੇ ਇਹ ਕਸਬਾ ਜੁੜਿਆ ਰਹਿੰਦਾ ਟ੍ਰੇਨ ਲਾਈਨ ਦੇ ਨਾਲ ਸ਼ਾਇਦ ਇਹਦੀ ਹੋਰ ਜ਼ਿਆਦਾ ਤਰੱਕੀ ਹੋ ਜਾਂਦੀ ਹੁਣ ਇਹ ਬਹੁਤ ਜ਼ਿਆਦਾ ਤਰੱਕੀ ਨਹੀਂ ਹੋ ਸਕੀ ਦਰਿਆ ਹੈ ਬਿਆਸ ਬਿਲਕੁਲ ਲਾਗੇ ਬਿਆਸ ਦਰਿਆ ਪਿੱਛੋਂ ਹੁੰਦਾ ਹੈ ਤੇ ਇਹਦੇ ਲਾਗੋਂ ਫਿਰ ਮੋੜ ਕੱਟਦਾ ਹੈ ਐਵੇਂ ਹੈ ਜਿਵੇਂ ਚਾਰ ਹਿੱਸਿਆਂ 'ਚੋਂ ਕਾਹੀ ਜਿਹੜੇ ਉਹ ਦਰਿਆ ਕਵਰ ਕਰ ਜਾਂਦਾ ਹੈ ਬਾਕੀ ਜਿਹੜਾ ਡੇਢ ਪੌਣੇ ਦੋ ਹਿੱਸੇ ਬਚਦੇ ਹਨ ਉਹਨਾਂ ਦੇ ਵਿੱਚ ਇੱਧਰ ਆਬਾਦੀ ਹੈ ਬਹੁਤ ਸੋਹਣੇ ਸੋਹਣੇ ਲਾਗੇ ਪਿੰਡ ਹਨ ਤੇ ਸ਼੍ਰੀ ਹਰਵਿੰਦਪੁਰ ਦਾ ਬਹੁਤ ਸਾਰਾ ਇਤਿਹਾਸ ਹੈ ਦ੍ਰਿਸ਼ ਤੁਸੀਂ ਸ਼੍ਰੀ ਹਰਗੋਬਿੰਦਪੁਰ ਦੇ ਦੇਖ ਰਹੇ ਹੋ ਪੁਰਾਣੇ ਘਰ ਅੱਜ ਵੀ ਇੱਥੇ ਬਹੁਤ ਮਿਲ ਜਾਂਦੇ ਹਨ ਜਿਹੜੇ ਚਾਹੇ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਣ ਚਾਹੇ ਜਿਹੜੀਆਂ ਪੁਰਾਣੀਆਂ ਵੱਡੀਆਂ ਇੱਟਾਂ ਹੁੰਦੀਆਂ ਸਨ ਉਹਨਾਂ ਦੇ ਪ੍ਰਾਤਨ ਸ਼ਹਿਰ ਹੈ ਜਿਵੇਂ ਪਹਿਲਾਂ ਦੱਸਿਆ ਥੋ ਰੋੜੀਕੁੱਟ-ਕੁੱਟ ਕੇ ਲਾਗਲੇ ਕਿੰਨੇ ਪਿੰਡਾਂ ਦੀਆਂ ਜਿਹੜੇ ਘਰ ਮਕਾਨ ਬਣੇ ਹਨ ਉਹਨਾਂ ਦੀਆਂ ਨੀਹਾਂ ਵਿੱਚ ਜਾਂਦੀ ਸੀ ਲੋੜ ਹੈ ਅੱਜ ਵੀ ਇਥੋਂ ਦੀ ਪ੍ਰਾਤਨਤਾ ਨੂੰ ਸੰਭਾਲਣ ਦੀ ਇਸ ਸ਼ਹਿਰ ਨੂੰ ਇਹ ਇੱਕ ਐਸਾ ਜਿਹਦਾ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਜਿਉਂਦਿਆਂ ਜਿਉਂਦਿਆਂ ਇਸ ਦਾ ਨਾਂ ਸ੍ਰੀ ਹਰਗੋਬਿੰਦਪੁਰ ਰੱਖਿਆ ਪਹਿਲੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਦੂਜਿਆਂ ਨੇ ਖਡੂਰ ਸਾਹਿਬ ਤੀਜਿਆਂ ਨੇ ਗੋਇੰਦਵਾਲ ਸਾਹਿਬ ਚੌਥਿਆਂ ਨੇ ਚੱਕ ਰਾਮਦਾਸਪੁਰ ਪੰਜਵਿਆਂ ਨੇ ਤਰਨਤਾਰਨ ਸਾਹਿਬ ਚੋਲਾ ਸਾਹਿਬ ਜਾਂ ਜਾਂ ਕਰਤਾਰਪੁਰ ਸਾਹਿਬ ਜਲੰਧਰ ਲੱਗੇ ਇਹ 6ਵੇਂ ਪਾਤਸ਼ਾਹੀ ਦੇ ਨਾਂ ਤੇ ਵਸੀ ਨਗਰੀ ਜਿਹੜੀ ਇਹ ਗੁਰੂ ਸਾਹਿਬ ਕਿਰਪਾ ਕਰਨ ਵਸਦੀ ਜਿਹੜੇ ਵੇ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਚੱਲਦੇ ਆ ਗੁਰਦੁਆਰਾ ਗ੍ਰੰਥੀ ਆ ਇਹ ਵੀ ਇੱਕ ਹੀ ਗੁਰਦੁਆਰਾ ਸਾਹਿਬ ਇਸ ਨਾਂ ਦਾ ਉਧਰ ਦਰਸ਼ਨ ਕਰਨ ਚੱਲਾਂਗੇ ਜੀ ਗੁਰੂ ਕੀ ਮਸੀਤ ਤੋਂ ਚੱਲੇ ਪੈ ਗਏ ਆ ਘਰ ਵੇਖੋ ਜੀ ਸਾਹਮਣੇ ਸੋ ਇਹ ਗਲੀ ਦੇ ਵਿੱਚ ਵੀ ਆ ਦਰਖਤਾਂ ਦੇ ਥੱਲੇ ਇੱਕ ਖੂਹ ਆ ਆ ਦੇਖੋ ਆ ਵੀ ਖੂਹ ਹੈ ਜੀ ਪੁਰਾਣਾ ਬੰਦ ਪਏ ਸਾਰੇ ਹਾਂ ਔਰ ਇਹ ਸਾਡਾ ਸਕੂਲ ਹੈ ਜੀ ਸਾਡੇ ਵਾਲੀ ਬਿਲਡਿੰਗ ਨੇ ਹੁਣ ਸਾਰੀ ਢਾਹ ਦਿੱਤੀ ਗਈ ਆ ਮੈਂ ਹੈਰਾਨ ਰਹਿ ਗਿਆ ਡਰੋਨ ਛੋਟ ਚ ਵੇਖਿਆ ਸੀ ਕਿੰਨੀ ਸੋਹਣੀ ਬਿਲਡਿੰਗ ਬਣਾ ਦਿੱਤੀ ਗਈ ਹੈ ਜੀ ਹੁਣ ਤੇ ਬਹੁਤ ਸੋਹਣਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹੁਤ ਵਧੀਆ ਜੀ ਸੋ ਇਹ ਅਸਲੀ ਸ਼੍ਰੀ ਹਰ ਗੋਬਿੰਦਪੁਰਾ ਪ੍ਰਾਤਨ ਸ਼੍ਰੀ ਹਰ ਗੋਬਿੰਦਪੁਰਾ ਨਵੇਂ ਘਰ ਬਣ ਗਏ ਹਨ ਪੁਰਾਣੇ ਟੱਟ ਗਏ ਹਨ ਇਟਾਂ ਵਰਤੀਆਂ ਜਾ ਚੁੱਕੀਆਂ ਹਨ ਪਰ ਵਿੱਚ ਵਿੱਚ ਕੰਧਾਂ ਅਜੇ ਵੀ ਮਿਲ ਜਾਣਗੀਆਂ ਤੁਹਾਨੂੰ ਪੁਰਾਣੀਆਂ ਸ਼ਹਿਰ ਦੇ 6 ਦਰਵਾਜਿਆਂ ਵਿੱਚੋਂ ਇੱਕ ਦਰਵਾਜਾ ਇਸ ਦਿਸ਼ਾ ਦੇ ਵਿੱਚ ਸੀ ਆ ਇੱਥੇ ਪਿੱਛੇ ਹੁਣੇ ਸ਼ਾਹ ਮਾਨਾ ਆ ਵੇਖੋ ਹਰੀਜੀ ਬਿਲਡਿੰਗ ਦਿਖਦੀ ਸ਼ਾਹ ਮਾਨਾ ਮਸਜਿਦ ਹੈ ਇੱਕ ਮਜ਼ਾਰ ਹੈ ਆ ਦੇਖੋ ਥੱਲੇ ਨੀਵਾ ਥਾਂ ਹੈ ਇੱਥੇ ਤੱਕ ਨੀਵੇਂ ਥਾਂ ਤੱਕ ਕਦੇ ਦਰਿਆ ਵਗਿਆ ਹੈ ਆ ਸ਼ਹਿਰ ਦਾ ਬਾਹਰਲਾ ਹਿੱਸਾ ਹੈ ਔਰ ਇੱਥੇ ਵੀ ਸਾਹਮਣੇ ਹੁਣ ਫੇਰ ਦੁਬਾਰਾ ਤੋਂ ਬੋਰਡ ਆ ਗਿਆ ਗੁਰੂ ਕੀ ਮਸਜਿਦ ਔਰ ਇੱਥੇ ਹੀ ਇੱਕ ਹੁੰਦੀ ਸੀਗੀ ਧਰਮਸਾਲਾ ਨਿਰਮਲਿਆ ਸੋ ਸੰਗਤ ਦੀ ਇੱਥੇ ਵੀ ਇੱਕ ਘਰ ਬਣ ਗਿਆ ਹੈ ਜਿੰਦਰੇ ਲੱਗੇ ਹੋਏ ਘਰ ਨੂੰ ਘਰ ਦੇ ਵਿੱਚ ਉਹ ਗੁੰਬਦ ਦਿਖਾਈ ਦਿੰਦਾ ਹੈ ਜਿਸ ਨੂੰ ਧਰਮਸਾਲਾ ਨਿਰਮਲਿਆ ਕਿਹਾ ਜਾਂਦਾ ਸੀ ਸੋ ਇੱਥੇ ਹੁਣ ਘਰ ਬਣ ਗਿਆ ਹੈ ਨਿਰਮਲਿਆ ਦੀ ਧਰਮਸਾਲਾ ਹੈ ਸੋ ਆ ਗੁਰਦੁਆਰਾ ਗ੍ਰੰਥੀਆਂ ਦੇ ਲਾਗੇ ਇੱਕ ਵੇਖੋ ਆ ਬੋਰਡ ਲੱਗਾ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧਰਮਸਾਲਾ ਬਾਬਾ ਸ੍ਰੀ ਚੰਦ ਜੀ ਤੇ ਮਾਤਾ ਗੰਗਾ ਜੀ ਤੇ ਮੁਹੱਲਾ ਮਾਤਾ ਵਾਲਾ ਖੂ ਸੋ ਆ ਖੂਹ ਹੈ ਜੀ ਖੂਹ ਤਾਂ ਤੇ ਹੁਣ ਕੁਛ ਵੀ ਦਿਖਾਈ ਨਹੀਂ ਦੇਣਾ ਬੂਟਿਆਂ ਤੇ ਬਿਲਕੁਲ ਥੱਲੇ ਆਇਆ ਹੋਇਆ ਕੁਛ ਵੀ ਦਿਖਾਈ ਨਹੀਂ ਦੇ ਰਿਹਾ ਬੰਦ ਪਿਆ ਹੈ ਵੈਸੇ ਆ ਜਿਹੜੀਆਂ ਇੱਟਾਂ ਦੀ ਕੰਧ ਹੈ ਨਵੀਂ ਕੀਤੀ ਹੋਈ ਹੈ ਇੰਨੀ ਪੁਰਾਣੀ ਨਹੀਂ ਹੈ ਸੋ ਇਹ ਬੜਾ ਇਤਿਹਾਸਕ ਖੂਹ ਹੈ ਜੀ ਕੀ ਦਸੀਏ ਹਾਲਾਤ ਤਾਂ ਤੁਹਾਡੇ ਸਾਹਮਣੇ ਹੀ ਆ ਤੇ ਕਿਉਂਕਿ ਆ ਵੇਖੋ ਸ਼੍ਰੀਰ ਬਿੰਦਪੁਰ ਦਾ ਬਿਲਕੁਲ ਦਰਿਆ ਆਲਾ ਪਾਸਾ ਥੋੜਾ ਜਿਹਾ ਖੇਤ ਆ ਫਿਰ ਅੱਗੇ ਨੀਵਾ ਥਾਂ ਸ਼ੁਰੂ ਹੋ ਜਾਂਦਾ ਆਹ ਸਾਹਮਣੇ ਗੁਰਦੁਆਰਾ ਸਾਹਿਬ ਜਿਸ ਨੂੰ ਕਹਿੰਦੇ ਗੁਰਦੁਆਰਾ ਗਰੰਥੀਆਂ ਇਸ ਨਾਮ ਦਾ ਗੁਰਦੁਆਰਾ ਸਾਹਿਬ ਹੋਰ ਆਦਾਸ ਨੂੰ ਨਹੀਂ ਅਜੇ ਤੱਕ ਕੋਈ ਪਤਾ ਲੱਗਾ ਵੀ ਗੁਰਦੁਆਰਾ ਗ੍ਰੰਥੀਆਂ ਹੋਵੇ ਜਿਸ ਦਾ ਨਾਮ ਸਭ ਤੋਂ ਪਹਿਲਾਂ ਗੁਰੂ ਸਾਹਿਬ ਇੱਥੇ ਆਣ ਕੇ ਸੱਜੇ ਸਨ ਸ੍ਰੀ ਹਰਗੋਬਿੰਦਪੁਰ ਜਦੋਂ ਪਹੁੰਚੇ ਸਨ ਗੁਰਦੁਆਰਾ ਗ੍ਰੰਥੀਆਂ ਦਾ ਸੰਖੇਪ ਇਤਿਹਾਸ ਗੁਰੂ ਸਾਹਿਬ ਇੱਥੇ ਆ ਕੇ ਸਭ ਤੋਂ ਪਹਿਲਾਂ ਸੱਜੇ ਸੀ ਜੀ ਤੇ ਸ੍ਰੀ ਹਰਗੋਬਿੰਦਪੁਰ ਦਾ ਇਤਿਹਾਸ ਤਕਰੀਬਨ ਸਾਂਝਾ ਹੋ ਚੁੱਕਾ ਹੈ ਇੱਕ ਗੱਲ ਇੱਥੇ ਹੈ ਕਿ ਪੰਜਾਬ ਵਿੱਚ ਸਿੱਖਾਂ ਦੇ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਜੀ ਦੇ ਨਾਮ ਜ਼ਗੀਰ ਲਗਾ ਦਿੱਤੀ ਜੋ ਪਿੰਡ ਜਲਾਲਪੁਰ ਜੱਟਾਪੱਤੀ ਨੇਕਨਾਮ ਪੁਰ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਿਲਦੀ ਹੈ ਅੱਜ ਗੁਰਦੁਆਰਾ ਸਾਹਿਬ ਜੀ ਦੀ ਛੋਟੀ ਭਾਵੇਂ ਪਰ ਸੋਹਣੀ ਇਮਾਰਤ ਬਣੀ ਹੋਈ ਹੈ ਤੇ ਸੰਗਤ ਜੀ ਆਹ ਗੋਲ ਗੁੰਬ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਪ੍ਰਾਤਨ ਇਮਾਰਤ ਹੈ ਇੱਥੇ ਹੀ ਅੱਜ ਸੱਚਖੰਡ ਹੈ ਦਾਸ ਦੀਆਂ ਬਚਪਨ ਦੀਆਂ ਯਾਦਾਂ ਇੱਥੇ ਜੁੜੀਆਂ ਹੋਈਆਂ ਹਨ ਕਿਉਂਕਿ ਇੱਥੇ ਇੱਕ ਬਹੁਤ ਵੱਡਾ ਲਾਗੇ ਦਰਖਤ ਹੁੰਦਾ ਸੀ ਪੀਪਲ ਜਾਂ ਬੋਰਡ ਦਾ ਉਦੋਂ ਹੀ ਗੁਰਦੁਆਰਾ ਸਾਹਿਬ ਛੋਟਾ ਜਿਹਾ ਸਥਾਨ ਸੀ ਤੇ ਇੱਥੇ ਸਾਡਾ ਸਕੂਲ ਸੀ ਜਿੱਤੇ ਅਸੀਂ ਸਭ ਤੋਂ ਪਹਿਲਾਂ ਬਚਪਨ ਵਿੱਚ ਪੜੇ ਹਾਂ ਉਸ ਸਕੂਲ ਵਿੱਚ ਹੀ ਅਸੀਂ ਇੱਕ ਦੋ ਜਮਾਤਾਂ ਪਹਿਲੀਆਂ ਕੀਤੀਆਂ ਜਹਾਦ ਨਹੀਂ ਫਿਰ ਇਹ ਸਕੂਲ ਦੂਜੇ ਪਾਸੇ ਚਲਾ ਗਿਆ ਸੀ ਸੁਸਿੱਲ ਵੀ ਇੱਥੇ ਲੱਗੀ ਹੈ ਜੀ ਇਹ ਓੰਕਾਰ ਸਤਗੁਰ ਪ੍ਰਸਾਦ ਗੁਰਦੁਆਰਾ ਗ੍ਰੰਥੀਆਂ ਪਾਛੇ 6ਵੀਂ ਇਸ ਸਥਾਨ ਤੇ ਬੈਠ ਕੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨਗਰ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਉਸਾਰੀ ਕਰਾਈ ਆਪਾਂ ਗੁਰਦੁਆਰਾ ਗ੍ਰੰਥੀਆਂ ਜਾਣ ਤੋਂ ਪਹਿਲਾਂ ਦੇਖੀ ਸੀ ਗੁੰਬਦ ਇੱਕ ਘਰ ਦੇ ਵਿੱਚ ਇਹ ਜੀ ਇਹਨੂੰ ਕਹਿੰਦੇ ਸੀ ਧਰਮਸਾਲਾ ਨਿਰਮਲਿਆਂ ਸੋ ਹੁਣ ਤਾਂ ਘਰ ਬਣ ਗਿਆ ਸੋਣਾ ਨਾਲ ਤੇ ਆਹ ਵੇਖੋ ਜੀ ਅਜੇ ਵੀ ਇੱਕ ਇਹਦੇ ਵਿੱਚ ਕੋਈ ਸਮਾਦ ਜਿਵੇਂ ਹੁੰਦੀ ਹੈ ਨਾ ਉਹ ਬਣੀ ਹੋਈ ਹੈ ਤੇ ਮੈਨੂੰ ਲੱਗਦਾ ਚਾਰ ਸ਼ੇਰਿਆਂ ਬੰਦੀ ਹੈ ਨਿੱਕੀ ਇੱਟ ਦੀ ਹੈ ਆਪਾਂ ਦੇਖਦੇ ਹਾਂ ਤਿੰਨ ਸਾਈਡਾਂ ਤੋਂ ਆਪਾਂ ਆ ਗਏ ਆ ਚੌਥੀ ਤੇ ਦਰਵਾਜ਼ਾ ਹੈ ਜੀ ਸੋ ਇਹ ਦਰਵਾਜ਼ਾ ਛੋਟਾ ਜਿਹਾ ਤੇ ਜੇ ਅਸਲ ਵਿੱਚ ਅੰਦਰ ਜਾਈਏ ਵੇਖੀਏ ਤਾਂ ਅੰਦਰ ਤੇ ਬਹੁਤ ਸੋਹਣੀਆ ਸੋਹਣੀਆ ਫੋਟੋਆਂ ਬਣੀਆਂ ਹੋਈਆਂ ਹਨ ਬਹੁਤ ਸੋਹਣੀ ਆ ਉਹ ਪਹਿਲੇ ਪਾਤਸ਼ਾਹ ਜੀ ਦੀ ਹੈ ਇਧਰ ਸ਼ਾਇਦ ਦਸਵੇਂ ਪਾਤਸ਼ਾਹ ਜੀ ਦੀ ਹੈ ਆ ਥੱਲੇ ਹਨ ਸ਼ਾਇਦ ਜਿਵੇਂ ਦਰਬਾਰ ਸਾਹਿਬ ਦੀ ਹਾਂ ਉਹ ਦੋ ਨਿਸ਼ਾਨ ਸਾਹਿਬ ਹਨ ਪਿੱਛੇ ਸੋ ਇਹ ਦਰਬਾਰ ਸਾਹਿਬ ਦੀ ਸ਼ਾਇਦ ਬਣਾਈ ਹੋਵੇ ਇਧਰ ਵੀ ਬਣੀ ਹੋਈ ਹੈ ਸੋਹਣੀਆ ਫੋਟਾ ਆ ਕੋਈ ਮੱਟੀ ਹੈ ਸ਼ਾਇਦ ਜਿੱਥੇ ਉਹਨਾਂ ਦਾ ਉਹਨਾਂ ਨੂੰ ਸੰਸਕਾਰ ਕੀਤਾ ਗਿਆ ਹੋਵੇਗਾ ਕਿਸੇ ਮਾਪੁਰਖਾਂ ਨੂੰ ਕਿਸੇ ਭਗਤਿਆਂ ਨੂੰ ਕਿਸੇ ਸਮੇਂ ਦੇ ਉਤੇ ਪਰ ਹੋਰ ਕੋਈ ਜਾਣਕਾਰੀ ਨਹੀਂ ਹੈ ਜੀ ਤਾਂ ਫਿਰ ਇੱਕ ਹੋਰ ਸਮਾਦ ਹੈ ਜੀ ਆ ਦੇਖੋ ਇੱਥੇ ਵੀ ਉਹ ਛੋਟੀਆਂ-ਛੋਟੀਆਂ ਮਟੀਆਂ ਬਣੀਆਂ ਹੋਈਆਂ ਹਨ ਸੋ ਇਹ ਸਮਾਦਾਂ ਹਨ ਜਿਹੜੀਆਂ ਘਰ ਦੇ ਵਿੱਚ ਹਨ ਹੁਣ ਤਾਂ ਘਰ ਬਣਿਆ ਹੋਇਆ ਹੈ ਹੁਣ ਆਪਾਂ ਵਾਪਸ ਫੇਰ ਚੱਲਦੇ ਹਾਂ ਜੀ ਗੁਰਦੁਆਰਾ ਸਤ ਕਰਤਾਰੀਆਂ ਜੇ ਆਪਾਂ ਨੂੰ ਦਰਸ਼ਨ ਹੋ ਜਾਣ ਤੇ ਮਾਨਮਤੇ ਸ੍ਰੀ ਹਰਗੋਬਿੰਦਪੁਰ ਦੇ ਇਤਿਹਾਸ ਦੇ ਵਿੱਚ ਇੱਕ ਕੜੀ ਹੈ ਸਤ ਕਰਤਾਰੀਆਂ ਗੁਰਦੁਆਰਾ ਸਾਹਿਬ ਦਾ ਧਰਮਸ਼ਾਲਾ ਸਤ ਕਰਤਾਰੀਆਂ ਦਾ ਹੈ ਵੀਡੀਓ ਦੇ ਸ਼ੁਰੂ ਵਿੱਚ ਗੱਲ ਸੁਣਾਈ ਸੀ ਅੱਜ ਜੀ ਨੂੰ ਸੰਗਤ ਦਾਸ ਜੀ ਦਾ ਇਤਿਹਾਸ ਸੁਣਾਇਆ ਸੀ ਹੁਣ ਆਪਾਂ ਆਏ ਅੰਦਰ ਆਣ ਕੇ ਦਰਸ਼ਨ ਕੀਤੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਕੁਝ ਇਹਨਾਂ ਨੇ ਫੋਟੋਆਂ ਇਤਿਹਾਸ ਦੀਆਂ ਲਾਈਆਂ ਹਨ ਜਿਨ੍ਹਾਂ ਦੇ ਅਨੁਸਾਰ ਪਿਆਰੇ ਭਾਈ ਦਇਆ ਸਿੰਘ ਜੀ ਵੀ ਜਿਹੜੇ ਹਨ ਨਾ ਕੋਈ ਇਸੇ ਵੰਸ਼ ਦੇ ਵਿੱਚੋਂ ਹੋਏ ਹਨ ਜੁਲਕਾ ਵੰਸ਼ ਜਿਹੜਾ ਪਾਰੋ ਪਰਮਹੰਸ ਭਾਈ ਪਾਰੋ ਜੁਲਕਾ ਜਿਹੜੇ ਸੀਗੇ ਡੱਲਾਪਿੰਡ ਦੇ ਨਿਵਾਸੀ ਉਹ ਡੱਲਾ ਪਿੰਡ 'ਚੀ ਤਾਂ ਤਾਂ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ ਸੀ ਇਹ ਭਾਈ ਸੰਗਤ ਦਾਸ ਜੀ ਮਾਤਾ ਦਮੋਦਰੀ ਜੀ ਦੇ ਤਾਇਆ ਜੀ ਦੇ ਪੁੱਤਰ ਸੀ ਸੋ ਇਹਦਾ ਮਤਲਬ ਮਾਤਾ ਦਮੋਦਰੀ ਜੀ ਦੇ ਭਰਾ ਲੱਗੇ ਠੀਕ ਹੈ ਜੀ ਸੋ ਇਹ ਇੱਥੇ ਆਏ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਵਸਾਇਆ ਇੱਥੇ ਇਹ ਉਹਨਾਂ ਦੀ ਧਰਮਸ਼ਾਲਾ ਬਣੀ ਉਹ ਬਹੁਤ ਭਜਨ ਬੰਦਗੀ ਵਾਲੀ ਰੂਹ ਸੀ ਉਹਨਾਂ ਤੋਂ ਹੀ ਮੁੜ ਕੇ ਅੱਗੇ ਅੱਜ ਤੱਕ ਇਹ ਜਥੇਬੰਦੀ ਇੱਕ ਸੰਸਥਾਿਕ ਧਰਮਸ਼ਾਲਾ ਚੱਲ ਰਹੀ ਹੈ। ਔਰ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਕੋਲ ਇੱਕ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਸੰਜੋਹ ਹੈ। ਸੰਜੋਹ ਉਹ ਜੰਗੀ ਸ਼ਸਤਰ ਜਿਹੜਾ ਸਰੀਰ ਦੇ ਉੱਤੇ ਪਹਿਨਦੇ ਹਾਂ ਦੂਜੇ ਸ਼ਸਤਰਾਂ ਦਾ ਵਾਰ ਰੋਕਣ ਵਾਸਤੇ ਉਹ ਸੰਜੋਹ ਦੇ ਆਪਾਂ ਦਰਸ਼ਨ ਕਰਦੇ ਹਾਂ ਜੀ। ਬਾਕੀ ਸਾਂਝ ਬਾਅਦ ਵਿੱਚ ਪਾਉਂਦੇ ਹਾਂ। ਸੰਗਤ ਜੀ ਸੰਜੋਹ ਦੇ ਅਸੀਂ ਦਰਸ਼ਨ ਕਰਨ ਗਏ ਸੀ ਪਰ ਕਿਉਂਕਿ ਸੰਜੋਹ ਬਹੁਤ ਵਿਰਧ ਹੈ। ਔਰ ਬਹੁਤ ਹੀ ਸੰਭਾਲ ਕੇ ਰੱਖੀ ਹੋਈ ਹੈ 6ਵੇਂ ਪਾਤਸ਼ਾਹੀ ਦੀ ਯਾਦ ਹੈ ਉਦੇ ਦਰਸ਼ਨ ਸਿਰਫ ਦੀਵਾਲੀ ਤੇ ਵਿਸਾਖੀ ਦੇ ਉੱਤੇ ਕਰਾਏ ਜਾਂਦੇ ਹਨ ਸੋ ਥੋੜੇ ਦਿਨਾਂ ਨੂੰ ਬੰਦੀ ਛੋੜ ਦਿਵਸ ਹੈ ਦੀਵਾਲੀ ਹੈ ਕੋਸ਼ਿਸ਼ ਕਰਾਂਗੇ ਉਸ ਦਿਨ ਦਬਾਰਾ ਮਹਾਰਾਜ ਬਲਬਖਸ਼ਣ ਜਾ ਕੇ ਦਰਸ਼ਨ ਕਰ ਸਕੀਏ ਇਹ ਸ਼੍ਰੀ ਹਰ ਗੋਬਿੰਦਪੁਰ ਦੀ ਨਗਰੀ ਹੈ 6ਵੇਂ ਪਾਤਸ਼ਾਹੀ ਦਾ ਪਿਆਰ ਹੈ ਜਿੱਥੇ ਗੁਰੂ ਸਾਹਿਬ ਆ ਪਾ ਕੇ ਵਸੇ ਜਿੱਥੇ ਗੁਰੂ ਸਾਹਿਬ ਜੀ ਨੇ ਹੋਰ ਬਹੁਤ ਸਾਰਿਆਂ ਨੂੰ ਰਸਾਇਆ ਇੱਥੇ ਹੀ ਇਹ ਭਾਈ ਸੰਗਤ ਦਾਸ ਜੀ ਉਹਨਾਂ ਦੇ ਸਹਰੇ ਪਰਿਵਾਰ ਚੋਂ ਆ ਕੇ ਵਸੇ ਆ ਪਿੱਛੇ ਦੇਖੋ ਹੁਣ ਵੀ ਸ਼ਹਿਰ ਦਿਖਾਈ ਦੇ ਰਿਹਾ ਓ ਨਿਸ਼ਾਨ ਸਾਹਿਬ ਗੁਰੂ ਕੀ ਮਸੀਤ ਦੇ ਹਨ ਇਹ ਪੁਰਾਣਾ ਸ਼ਹਿਰ ਹੈ ਇੱਧਰ ਵੀ ਇੱਕ ਦਰਵਾਜਾ ਸੀ ਇਹਦੀ ਵਲਗਣ ਹੁੰਦੀ ਸੀ ਪੂਰੀ ਜਿਹੜੀ ਕੰਧ ਢਹਿ ਚੁੱਕੀ ਹੈ ਤੇ ਲਾਹੌਰੀ ਦਰਵਾਜੇ ਦੀ ਤੁਸੀਂ ਪਿਛਲੀ ਵੀਡੀਓ ਚ ਦਰਦੀ ਬ ਚੁੱਕੇ ਹੋ ਮੀਂਹ ਦੇ ਪਾਣੀ ਦੇ ਨਾਲ ਪਿੱਛੇ ਪਾਣੀ ਰੋੜ ਪਿਆ ਹੈ ਇਹਦੇ ਨਾਲ ਹੀ ਇੱਧਰ ਦਰਿਆ ਹੈ ਜਿੱਥੇ ਅਸੀਂ ਆ ਕੇ ਖੜੇ ਹਾਂ ਇਹ ਆ ਵੀ ਵਖੋ ਹੁਣ ਵੀ ਹਰਿਆਲੀ ਕਿੰਨੀ ਸੋਹਣੀ ਹੈ ਹੁਣ ਤਾਂ ਭਾਵੇਂ ਖੇਤੀ ਹੋਣ ਲੱਗ ਪਈ ਇਹ ਹਰਿਆਲੀ ਇਹ ਟਿੱਬਾ ਜਿੱਥੇ ਹਵਾ ਵਗਦੀ ਸੀ ਇਹ ਦਰਿਆ ਦਾ ਕਿਨਾਰਾ ਇੱਥੇ ਹੀ ਗੁਰੂ ਸਾਹਿਬ ਚਮਾਸਾ ਕੱਟਣ ਆਏ ਸੀ ਇਸੇ ਥਾਂ ਦੀ ਸੁੰਦਰਤਾ ਨੇ ਗੁਰੂ ਜੀ ਦਾ ਮਨ ਖਿੱਚਿਆ ਸੀ ਮਨ ਮੋਇਆ ਸੀ ਤੇ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਮੁਬਾਰਕ ਇਹ ਧੂੜ ਬਣਾ ਦਿੱਤਾ ਇਸ ਸ਼ਹਿਰ ਨੂੰ ਅੱਜ ਵੀ ਇਹ ਵਸਦਾ ਹੈ ਸ਼੍ਰੀ ਹਰਗੋਬਿੰਦਪੁਰ ਸਾਡੀ ਅਰਦਾਸ ਹੈ ਸਦਾ ਹੱਸਦਾ ਵਸਦਾ ਰਹੇ ਇਹ ਇਲਾਕਾ ਗੁਰੂ ਸਾਹਿਬ ਸਦਾ ਆਪਣੀ ਕਿਰਪਾ ਇੱਥੇ ਬਣਾਈ ਰੱਖਣ ਸਿੱਖਾਂ ਨੂੰ ਸਿੱਖੀ ਬਖਸ਼ਣ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਬਣ ਆਵੇ ਐਸੀ ਗੁਰੂ ਸਾਹਿਬ ਖੇੜ ਵਰਤਉਣ ਸੰਗਤ ਜੀ ਜੋ ਯਾਤਰਾ ਗੁਰੂ ਸਾਹਿਬ ਜੀ ਨੇ ਸ਼ੁਰੂ ਕਰਾਈ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਇੱਥੋਂ ਫਿਰ ਅੱਗੇ ਚੱਲੇਗੀ ਹੁਣ ਅਗਲੀ ਵੀਡੀਓ ਚ ਇਸ ਵੀਡੀਓ ਦੀ ਇੱਥੇ ਸਮਾਪਤੀ ਹੈ ਯਾਦ ਰੱਖਣਾ ਆਪ ਜੀ ਨੇ ਵੀਡੀਓ ਸ਼ੇਅਰ ਜ਼ਰੂਰ ਕਰਨੀ ਹੈ ਯਾਦ ਰੱਖਣਾ ਹੋਰ ਭੈਣ ਭਰਾਵਾਂ ਨੂੰ ਚੈਨਲ ਦਾ ਦੱਸਣਾ ਹੈ ਆਪ ਸਬਸਕ੍ਰਾਈਬ ਕਰਨਾ ਹੈ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਹੁਣ ਫਤਿਹ ਬਲਾਓ ਇਤਿਹਾਸ ਬੋਲਦਿਆਂ ਹੋਈਆਂ ਨੇਕਾਂ ਭੁੱਲਾਂ ਬਖਸ਼ ਲੈਣੀਆਂ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ